ਇਹਦੇ ਨਾਲ ਜਨਾਬ ਦੋਸਤਾਂ ਭਰਾਵਾਂ ਦੇ ਖਿਮ ਵਾਸਤੇ ਚੰਦ ਖਬਰਾਂ ਪੇਸ਼ ਕੀਤੀਆਂ ਜਾ ਰਹੀਆਂ ਨੇ। ਜਿਹੜੇ ਸਾਡੇ ਭਰਾ ਘਰਾਂ ਚ ਬੈਠੇ ਨੇ ਉਹਨਾਂ ਨੂੰ ਚਾਹੀਦਾ ਰੋਟੀ ਰਾਟੀਆਂ ਖਾ ਕੇ ਮਾਲ ਡੰਗਰ ਦੇ ਪੱਠੇ ਬਣਾ ਕੇ ਮਾਲ ਦੇ ਅੱਗੇ ਪਾ ਕੇ ਖੁਰਲੀਆਂ ਭਰ ਕੇ ਤੇ ਮਾਲ ਦਾ ਮੂੰਹ ਬੰਨ ਕੇ ਪੈਸਿਆਂ ਚ ਬੋਝੇ ਪਾ ਕੇ ਅੱਖਾਂ ਚ ਤੇਲ ਪਾ ਕੇ ਸਿਰ ਚ ਸੁਰਮਾ ਜੁੱਤੀਆਂ ਗੋਡਿਆਂ ਨਾਲ ਬੰਨ ਕੇ ਹੱਥ ਜਲਾਬਾਂ ਫੜ ਕੇ ਫਟਾਫਟ ਪਹੁੰਚ ਜਾਓ ਤੇ ਖਬਰਾਂ ਸੁਣ ਲਓ। ਹੈਲੋ ਹੈਲੋ, ਅਸੀਂ ਲੌਨਿਕ ਤੋਂ ਬੋਲ ਰਹੇ ਹਾਂ। ਮੈਂ ਬੋਲ ਰਹੀ ਹਾਂ ਸਲਾਉਣੀ, ਹੁਣ ਤੁਸੀਂ ਮਲਕ ਅਸ਼ਰਫ ਕੋਲੋਂ ਖਬਰਾਂ ਸੁਣੋ। ਇਸ ਵੇਲੇ ਸਵੇਰ ਦੇ 8:50 ਹੋਏ ਨੇ, ਹੁਣ ਤੁਸੀਂ ਆਪਣੀਆਂ ਘੜੀਆਂ ਦਾ ਟਾਈਮ ਵੇਖ ਕੇ ਅੱਗੇ ਪਿੱਛੇ ਕਰ ਲਓ। ਅੱਜ ਐਤ ਨੂੰ ਬੁੱਧ ਦੇ, ਪੀਰ ਨੂੰ ਮੰਗਲੇ, ਤਰੀਕ ਨੂੰ ਅਫਤਾਏ। ਤਾਜ਼ਾ ਤਾਂ ਇਹ ਖਬਰ ਮਿਲੀ ਹੈ, ਸਾਈਵਾਲ ਦੇ ਕਬਰਸਤਾਨ ਦੇ ਵਿੱਚੋਂ 35 ਮੁਰਦੇ ਫਰਾਰ ਹੋ ਗਏ ਨੇ। ਅੱਜ ਦੀ ਅਖਬਾਰ ਚ ਆਇਆ ਪੱਤੋ ਪਹੁੰਚ ਗਏ ਨੇ, ਪੱਤੋ ਦੇ ਸਾਹਿਬਾਨਾਂ ਨੇ 10 ਫਲ ਨੇ 5 ਸਿਨੇਮਾ ਵੇਖਣ ਚਲੇ ਗਏ ਨੇ। ਪੱਤੋ ਦੇ ਸਾਹਿਬਾਨਾਂ ਨੇ ਕਿਰਾਏ ਤੇ ਜਹਾਜ਼ ਕਰਕੇ ਮੁਰਦਿਆਂ ਦੇ ਪਿੱਛੇ ਲਾ ਦਿੱਤਾ। ਮੁਰਦਿਆਂ ਨੇ ਇਹ ਕੰਮ ਕੀਤਾ, ਜਹਾਜ਼ ਦੇ ਚਾਰੇ ਟਾਇਰ ਲਾ ਲੈਣ, ਜਹਾਜ਼ ਹੌਲਾ ਹੋ ਕੇ ਸਮਾਨ ਪਾੜ ਕੇ ਉਤਾਂ ਨੂੰ ਚੜ ਗਿਆ ਹੈ। ਇਹ ਖਬਰਾਂ ਤੁਹਾਡੇ ਕੰਨਾਂ ਵਿੱਚ ਜ਼ਬਰਦਸਤੀ ਤਸੀਆਂ ਜਾ ਰਹੀਆਂ ਨੇ ਸੋਟਿਆਂ ਨਾਲ। ਤਾਜ਼ਾ ਤਾਂ ਇਹ ਖਬਰ ਮਿਲੀ ਹੈ, ਪਾਕਿਸਤਾਨੀ ਪੁਲ ਦਾ ਵਾਕਿਆ, ਉੱਥੇ ਇੱਕ ਡੱਡੂ ਨਿਕਲਿਆ ਬੱਸ ਦੇ ਨਾਲ ਵੱਜਾ, ਬੱਸ ਚੱਕਣਾ ਚੂਰ ਹੋ ਗਏ, 35 ਆਦਮੀ ਹਲਾਕ ਹੋ ਗਏ ਨੇ, 98 ਦੇ ਨਾਗਰਿਕ 8-9 ਜ਼ਮੀਨ 'ਚ ਦੱਬੇ ਗਏ ਨੇ। ਹਾਈਡ ਵੱਲੋਂ ਕੀ ਦਾ ਵਾਕਿਆ, ਉੱਥੇ ਮੁਰਦਿਆਂ ਨੇ ਅਪੀਲ ਕੀਤੀ ਹੈ, ਸਾਡੀਆਂ ਕਬਰਾਂ ਵਿੱਚ VCR ਤੇ ਟੈਲੀਵਿਜ਼ਨ ਨਾ ਲਵਾਏ ਗਏ ਸੀ, ਮਰਨ ਤੋਂ ਇਨਕਾਰ ਕਰ ਦਿਆਂਗੇ। ਇੱਕ ਗੁੰਮਸ਼ੁਦਾ ਬੱਚੇ ਦੀ ਤਲਾਸ਼ ਹੈ, ਜਿਹਦੀ ਉਮਰ 180 ਸਾਲ ਹੈ। ਉਹਨੇ ਐਨਕ ਥਾਂ ਜੁੱਤੀ ਪਾਈ ਹੈ, ਜਿੱਥੇ ਥਾਂ ਤੈਣਕ ਕਮੀਜ਼ ਥਾਂ ਸਲਵਾਰ ਪਾਈ ਹੈ, ਸਲਵਾਰ ਥਾਂ ਕਮੀਜ਼। ਮਾਂ ਦਾ ਨਾਮ ਮੋਮਬੱਤੀ, ਪਿਓ ਦਾ ਨਾਮ ਦੀਵਾ ਦੱਸਦਾ। ਜਿਸ ਭਾਈ ਸਾਹਿਬ ਨੂੰ ਮਿਲੇ ਉਹਨੂੰ ਫੜ ਕੇ ਹੁੱਕੇ ਦੇ ਫੁੱਲ 'ਚ ਤੁੰਨ ਦਿਓ, ਸਾਨੂੰ ਦੀ ਕੋਈ ਲੋੜ ਨਹੀਂ। ਮੌਸਮ, ਮਹਿਕਮਾ ਮੌਸਮ ਯਾਦ ਕੀ ਪੇਸ਼ਗੋਈ ਕੇ ਮੁਤਾਬਕ ਪਿਛਲੇ 24 ਘੰਟੋ ਕੇ ਦੌਰਾਨ ਆਸੇ ਪਾਸੇ ਸਾਰੇ ਇਲਾਕੇ ਉੱਤੇ ਗੜਾ ਪੈਣ ਦਾ ਮਕਾਨ ਹੈ। ਜਿਹੜੇ ਭਾਈ ਖਬਰਾਂ ਸੁਣਦੇ ਪਏ ਨੇ, ਇਹਨਾਂ ਉੱਤੇ ਕੋਕੋ ਕੋਲਾ ਤੇ ਫੈਂਟੇ ਦੀ ਬਾਰਿਸ਼ ਹੋਵੇਗੀ। ਆਸੇ ਪਾਸੇ ਝਾਕਣ ਵਾਲਿਆਂ ਤੇ ਇੱਟਾਂ ਰੋੜੇ ਕੱਟਾ ਵਰਸਾਇਆ ਜਾਏਗਾ। ਜਿਨ੍ਹਾਂ ਭਾਈਆਂ ਨੇ ਖਬਰਾਂ ਦੀ ਫਰਮਾਇਸ਼ ਕੀਤੀ ਹੈ ਉਹਨਾਂ ਦੇ ਨਾਂ ਸੁਣ ਲਓ। ਰਾਜਵਾਲ ਤੋਂ ਫਰਮਾਇਸ਼ ਕਰਦੇ ਨੇ ਕੱਟੀਆਂ ਕੱਟ ਦੇ ਨਾਲ ਦੇ ਸਾਥੀ। ਠੀਂਗ ਮੋੜ ਤੋਂ ਫਰਮਾਇਸ਼ ਕਰਦੀ ਸੜੀਆਂ ਰੋਟੀਆਂ ਨੇ ਸੜਿਆ ਤਵਾ। ਲਾਹੌਰ ਤੋਂ ਫਰਮਾਇਸ਼ ਕਰਦੇ ਨੇ ਸਰੀਨ, ਪ੍ਰਵੀਨ, ਮਸਕੀਨ, ਯਤੀਮ, ਜਵੇਦ, ਬਾਕੀਨਾਂ ਦੀ ਬੇਬੇ। ਕਸੂਰ ਤੋਂ ਫਰਮਾਇਸ਼ ਕਰਦਾ ਕੇਟੂ, ਥੌੜਾ, ਬਗਲਾ, ਬਾਕੀਨਾਂ ਦੀ ਮਾਸੀ, ਫੁੱਪੀ, ਮਾਚਸ। ਖਬਰਾਂ ਖਤਮ ਹੋਈਆਂ।